ਇੱਕ ਪਿਤਾ ਦੇ ਵੱਲੋਂ ਆਪਣੇ 12 ਸਾਲ ਦੇ ਪੁੱਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਤੁਹਾਡੇ ਜ਼ਿਹਨ ਦੇ ਵਿੱਚ ਇਹ ਸਵਾਲ ਉੱਠਦਾ ਹੋਵੇਗਾ ਕਿ ਆਖਿਰਕਾਰ ਕਿਉਂ ਇੱਕ ਪਿਤਾ ਨੇ ਆਪਣੇ ਜਿਗਰ ਦੇ ਟੋਟੇ ਨੂੰ ਮਾਰ ਦਿੱਤਾ। ਤਾਂ ਸੁਣੋ, ਇਹ ਕਤਲ ਕਿਸੇ ਰੰਜਿਸ਼ ਕਰਕੇ ਨਹੀਂ ਕੀਤਾ ਗਿਆ, ਸਗੋਂ ਇਹ ਪਿਓ ਤਾਂ ਆਪਣੇ ਪੁੱਤ ਨੂੰ ਪਿਆਰ ਬਹੁਤ ਕਰਦਾ ਸੀ। ਇਸ ਨੂੰ ਇੱਕ ਗਲਤ ਫਹਿਮੀ ਹੋ ਗਈ। ਦਰਅਸਲ ਇਸ ਨੂੰ ਖੁਦ ਨੂੰ ਕੈਂਸਰ ਹੋਣ ਦਾ ਭਰਮ ਪੈ ਗਿਆ। ਇਸ ਨੇ ਸੋਚਿਆ ਕਿ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਤਾਂ ਪਿੱਛੋਂ ਮੇਰੇ ਪੁੱਤ ਦੀ ਦੇਖਭਾਲ ਕੌਣ ਕਰੇਗਾ। ਬਸ ਇਸੇ ਚੱਕਰ ਦੇ ਵਿੱਚ ਇਸ ਨੇ ਆਪਣੇ ਜਿਗਰ ਦੇ ਟੋਟੇ ਨੂੰ ਮਾਰ ਦਿੱਤਾ। ਬਾਅਦ ਵਿੱਚ ਜਦੋਂ ਇਸ ਨੇ ਕੈਂਸਰ ਦੀ ਰਿਪੋਰਟ ਕਰਵਾਈ ਤਾਂ ਉਹ ਨੈਗੇਟਿਵ ਨਿਕਲੀ। ਹੁਣ ਪਛਤਾਵੇ ਤੋਂ ਬਿਨਾਂ ਇਸ ਦੇ ਪੱਲੇ ਕੁਝ ਵੀ ਨਹੀਂ ਬਚਿਆ। ਆਪਣੇ ਖੂਨ ਦੇ ਰਿਸ਼ਤੇ ਦਾ ਹੀ ਖੂਨ ਕਰ ਦਿੱਤਾ। ਮਾਮਲਾ 23 ਦਸੰਬਰ ਦਾ ਹੈ। ਪੁਲਿਸ ਨੇ ਹਥਿਆਰੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਲੜਕੇ ਦੀ ਲਾਸ਼ ਵੀ ਬਰਾਮਦ ਕਰ ਲਈ। ਇਸ ਹਥਿਆਰੇ ਨੇ ਆਪਣੇ ਜਿਗਰ ਦੇ ਟੋਟੇ ਦਾ ਰੱਸੀ ਦੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਮਹਾਰਾਸ਼ਟਰ ਦੇ 17 ਤੋਂ ਸਾਹਮਣੇ ਆਇਆ, ਜਿਸ ਨੇ ਸਭ ਨੂੰ ਹੈਰਾਨ ਕੀਤਾ। ਇੱਕ ਪਿਤਾ ਦੇ ਵੱਲੋਂ ਆਪਣੇ 12 ਸਾਲ ਦੇ ਪੁੱਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਤੁਹਾਡੇ ਜ਼ਿਹਨ ਦੇ ਵਿੱਚ ਇਹ ਸਵਾਲ ਉੱਠਦਾ ਹੋਵੇਗਾ ਕਿ ਆਖਿਰਕਾਰ ਕਿਉਂ ਇੱਕ ਪਿਤਾ ਨੇ ਆਪਣੇ ਜਿਗਰ ਦੇ ਟੋਟੇ ਨੂੰ ਮਾਰ ਦਿੱਤਾ। ਤਾਂ ਸੁਣੋ, ਇਹ ਕਤਲ ਕਿਸੇ ਰੰਜਿਸ਼ ਕਰਕੇ ਨਹੀਂ ਕੀਤਾ ਗਿਆ, ਸਗੋਂ ਇਹ ਪਿਓ ਤਾਂ ਆਪਣੇ ਪੁੱਤ ਨੂੰ ਪਿਆਰ ਬਹੁਤ ਕਰਦਾ ਸੀ। ਇਸ ਨੂੰ ਇੱਕ ਗਲਤ ਫਹਿਮੀ ਹੋ ਗਈ। ਦਰਅਸਲ ਇਸ ਨੂੰ ਖੁਦ ਨੂੰ ਕੈਂਸਰ ਹੋਣ ਦਾ ਭਰਮ ਪੈ ਗਿਆ। ਇਸ ਨੇ ਸੋਚਿਆ ਕਿ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਤਾਂ ਪਿੱਛੋਂ ਮੇਰੇ ਪੁੱਤ ਦੀ ਦੇਖਭਾਲ ਕੌਣ ਕਰੇਗਾ। ਬਸ ਇਸੇ ਚੱਕਰ ਦੇ ਵਿੱਚ ਇਸ ਨੇ ਆਪਣੇ ਜਿਗਰ ਦੇ ਟੋਟੇ ਨੂੰ ਮਾਰ ਦਿੱਤਾ। ਬਾਅਦ ਵਿੱਚ ਜਦੋਂ ਇਸ ਨੇ ਕੈਂਸਰ ਦੀ ਰਿਪੋਰਟ ਕਰਵਾਈ ਤਾਂ ਉਹ ਨੈਗੇਟਿਵ ਨਿਕਲੀ। ਹੁਣ ਪਛਤਾਵੇ ਤੋਂ ਬਿਨਾਂ ਇਸ ਦੇ ਪੱਲੇ ਕੁਝ ਵੀ ਨਹੀਂ ਬਚਿਆ। ਆਪਣੇ ਖੂਨ ਦੇ ਰਿਸ਼ਤੇ ਦਾ ਹੀ ਖੂਨ ਕਰ ਦਿੱਤਾ। ਮਾਮਲਾ 23 ਦਸੰਬਰ ਦਾ ਹੈ। ਪੁਲਿਸ ਨੇ ਹਥਿਆਰੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਲੜਕੇ ਦੀ ਲਾਸ਼ ਵੀ ਬਰਾਮਦ ਕਰ ਲਈ। ਇਸ ਹਥਿਆਰੇ ਨੇ ਆਪਣੇ ਜਿਗਰ ਦੇ ਟੋਟੇ ਦਾ ਰੱਸੀ ਦੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਮਹਾਰਾਸ਼ਟਰ ਦੇ 17 ਤੋਂ ਸਾਹਮਣੇ ਆਇਆ, ਜਿਸ ਨੇ ਸਭ ਨੂੰ ਹੈਰਾਨ ਕੀਤਾ। ਇੱਕ ਪਿਤਾ ਦੇ ਵੱਲੋਂ ਆਪਣੇ 12 ਸਾਲ ਦੇ ਪੁੱਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਤੁਹਾਡੇ ਜ਼ਿਹਨ ਦੇ ਵਿੱਚ ਇਹ ਸਵਾਲ ਉੱਠਦਾ ਹੋਵੇਗਾ ਕਿ ਆਖਿਰਕਾਰ ਕਿਉਂ ਇੱਕ ਪਿਤਾ ਨੇ ਆਪਣੇ ਜਿਗਰ ਦੇ ਟੋਟੇ ਨੂੰ ਮਾਰ ਦਿੱਤਾ। ਤਾਂ ਸੁਣੋ, ਇਹ ਕਤਲ ਕਿਸੇ ਰੰਜਿਸ਼ ਕਰਕੇ ਨਹੀਂ ਕੀਤਾ ਗਿਆ, ਸਗੋਂ ਇਹ ਪਿਓ ਤਾਂ ਆਪਣੇ ਪੁੱਤ ਨੂੰ ਪਿਆਰ ਬਹੁਤ ਕਰਦਾ ਸੀ। ਇਸ ਨੂੰ ਇੱਕ ਗਲਤ ਫਹਿਮੀ ਹੋ ਗਈ। ਦਰਅਸਲ ਇਸ ਨੂੰ ਖੁਦ ਨੂੰ ਕੈਂਸਰ ਹੋਣ ਦਾ ਭਰਮ ਪੈ ਗਿਆ। ਇਸ ਨੇ ਸੋਚਿਆ ਕਿ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਤਾਂ ਪਿੱਛੋਂ ਮੇਰੇ ਪੁੱਤ ਦੀ ਦੇਖਭਾਲ ਕੌਣ ਕਰੇਗਾ। ਬਸ ਇਸੇ ਚੱਕਰ ਦੇ ਵਿੱਚ ਇਸ ਨੇ ਆਪਣੇ ਜਿਗਰ ਦੇ ਟੋਟੇ ਨੂੰ ਮਾਰ ਦਿੱਤਾ। ਬਾਅਦ ਵਿੱਚ ਜਦੋਂ ਇਸ ਨੇ ਕੈਂਸਰ ਦੀ ਰਿਪੋਰਟ ਕਰਵਾਈ ਤਾਂ ਉਹ ਨੈਗੇਟਿਵ ਨਿਕਲੀ। ਹੁਣ ਪਛਤਾਵੇ ਤੋਂ ਬਿਨਾਂ ਇਸ ਦੇ ਪੱਲੇ ਕੁਝ ਵੀ ਨਹੀਂ ਬਚਿਆ। ਆਪਣੇ ਖੂਨ ਦੇ ਰਿਸ਼ਤੇ ਦਾ ਹੀ ਖੂਨ ਕਰ ਦਿੱਤਾ। ਮਾਮਲਾ 23 ਦਸੰਬਰ ਦਾ ਹੈ। ਪੁਲਿਸ ਨੇ ਹਥਿਆਰੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਲੜਕੇ ਦੀ ਲਾਸ਼ ਵੀ ਬਰਾਮਦ ਕਰ ਲਈ। ਇਸ ਹਥਿਆਰੇ ਨੇ ਆਪਣੇ ਜਿਗਰ ਦੇ ਟੋਟੇ ਦਾ ਰੱਸੀ ਦੇ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਮਹਾਰਾਸ਼ਟਰ ਦੇ 17 ਤੋਂ ਸਾਹਮਣੇ ਆਇਆ, ਜਿਸ ਨੇ ਸਭ ਨੂੰ ਹੈਰਾਨ ਕੀਤਾ।